ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਦੋਸਤੋ ਤਰਨਤਾਰਨ ਪੈ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਆ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਪੁੱਛ ਲੈ ਇਹਨਾਂ ਬਾਰੇ ਸਾਰੀ ਡਿਟੇਲ ਕੀ ਵੀਰ ਜੀ ਹੁਣ ਇਹਨਾਂ ਦੇ ਮੁੱਲ ਕਰਦੇ ਆ ਤੇ ਕਿੰਨਾ ਕਿੰਨਾ ਇਹਨਾਂ ਥੱਲੇ ਦੁੱਧ ਦੇ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਜੀ ਠੀਕ ਜੀ ਵਧੀਆ ਵਧੀਆ ਚੱਲੇ ਜਾਂਦਾ ਕੰਮ ਕਰ ਕਿਰਪਾ ਮਾਰਗ ਤੇ ਚੱਲੀ ਜਾਂਦਾ ਜੀ ਚਲੋ ਵਧੀਆ ਤੇ ਨਾਮ ਬੋਲਦੇ ਕਰੀ ਆਪਣਾ ਨਾਮ ਵੀਰ ਜੀ ਮੇਰਾ ਬਲਵਿੰਦਰ ਸਿੰਘ ਹਾਂਜੀ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 70094410 ਇੱਕ ਵਾਰੀ ਫੇਰ ਬੋਲ ਦਿਓ 55543577 ਇੱਕ ਵਾਰੀ 70 ਵਾਲਾ ਨੰਬਰ ਫੇਰ ਬੋਲ ਦਿਓ 70094410 ਠੀਕ ਹੈ ਜੀ ਅੱਜ ਵੀਰ ਜੀ ਕਿੰਨੇ ਪਸ਼ੂ ਵਕਾਓ ਕੀਤੇ ਜੀ ਫਿਰ ਅੱਜ ਆਪਣੇ ਘਰ ਭਜੀ ਤਿੰਨ ਪਸ਼ੂ ਆ ਹਾਂਜੀ ਠੀਕ ਆ ਸ਼ੁਰੂ ਕਰੀਏ ਫਿਰ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਵੈੜ ਵੱਜੀ ਆ ਹਾਂਜੀ ਇਤੋਂ ਜਿਹੜੀ ਆਪਾਂ ਸ਼ੁਰੂਆਤ ਕਰਾਂਗੇ ਫੇਸ ਕੁਆਲਿਟੀ ਇਹਦੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਹਾਂਜੀ ਵੀਰ ਜੀ ਪਹਿਲੇ ਨੰਬਰ ਤੇ ਵੈੜ ਵੱਜੀ ਆ ਹਾਂਜੀ ਕਿੰਨੇ ਕੁ ਦਿਨ ਖੜਦੀ ਹੈ ਇਹ ਇਹ ਬਸ ਜੀ ਤਿਆਰ ਆ ਦੋ ਚਾਰ ਨਹੀਂ ਖੜਨੇ ਠੀਕ ਆ ਕਿੰਨਵਾ ਸੁਭਾ ਸੋਣਾ ਵੀਰ ਜੀ ਨੇ ਇਹ ਵੀਰ ਜੀ ਦੂਜਾ ਸੁਭਾ ਸੋਣੀ ਆ ਚਾਰ ਦਾਂ ਦੇ ਵਸ਼ੀ ਮੂਜ ਅੱਛਾ ਮੂੰਹ ਚਾਰ ਦਾਂ ਦੇ ਦਿਖਾਓ ਹਾਂ ਭਲਾ ਵੇਖਣ ਨੂੰ ਤੇ ਪਹਿਲਾਂ ਨਹੀਂ ਲੱਗਦੀ ਉਸ ਤਰ੍ਹਾਂ ਮੂੰਹ ਚਾਰ ਦਾਂ ਦੇ ਵੇਖਦੇ ਆ ਆ ਦੇਖ ਸਕਦੇ ਜੀ ਦਾਂਦੇ ਦੇਖ ਕਰੀ ਹਾਂਜੀ ਠੀਕ ਹੈ ਜੀ ਵੀਰ ਜੀ ਕਿੰਨਾ ਕੁ ਦੁੱਧ ਕਰ ਜੂਗੀ ਇਹ ਦੂਸਰੇ ਸੋ ਜੀ ਇਹ ਕੀ ਹੈ 20 ਲੀਟਰ ਕੱਢੂਗੀ ਜੀ 20 ਲੀਟਰ ਕੱਢ ਦੂਗੀ ਇਹ ਦੁੱਧ ਕੱਢੂ 20 ਉੱਤੇ ਜਾਊਗੀ ਅੱਛਾ ਹਾਂਜੀ ਪੂਰਾ ਭਰੋਸਾ ਤਾਂ ਨਾ ਭਰੋਸਾ ਆ ਗਿਆ ਜੀ ਭਰੋਸਾ ਕਰਕੇ ਗਿਆ ਤੁਹਾਨੂੰ ਅੱਛਾ ਜੀ ਠੀਕ ਹੈ ਤੋੜ ਕੇ ਵਿਖਾਈਏ ਜੀ ਫਿਰ ਵਿਖਾਓ ਜੀ ਵਿਖਾਓ ਤੋੜ ਕੇ ਹਾਂ ਨਾ ਇੱਕ ਕਰੀਏ ਤਾਂ ਤੁਸੀਂ ਦੇਖ ਸਕਦੇ ਜੀ ਹਾਂਜੀ ਵੀਰ ਜੀ ਲੈ ਆਓ ਜੀ ਰੰਗ ਰੂਪ ਦੀ ਤੇ ਕੱਦ ਕਾਠ ਦੀ ਜਿਹੜੀ ਚੰਗੀ ਆ ਫੇਸ ਕੁਆਲਿਟੀ ਇਹਦੀ ਇੱਕ ਵਾਰੀ ਦਿਖਾ ਦਈਏ ਆ ਇਹਦੀ ਜਿਹੜੀ ਫੇਸ ਕੁਆਲਿਟੀ ਤੇ ਬਾਕੀ ਤੁਸੀਂ ਸਾਰੇ ਜਿਹੜੇ ਦੇਖ ਸਕਦੇ ਜੀ ਤਿਆਰ ਹੀ ਆ ਵੈੜ ਜਿਹੜੀ ਬਸ ਕੰਪੈਕਟ ਜਿਹੜਾ ਇਹਦਾ ਹਵਾਨਾ ਗਾਂਹ ਨੂੰ ਹਵਾਨਾ ਚੰਗਾ ਤਿਆਰ ਹੈ ਤੇ ਪਛਾਣ ਨੂੰ ਵੀ ਜਿਹੜਾ ਅਜੇ ਭਰੂਗੀ ਚੰਗੀ ਤਰ੍ਹਾਂ ਹਾਂਜੀ ਵੀਰ ਜੀ ਇਹਦਾ ਮੁੱਲ ਫਿਰ ਦੱਸ ਦਈਏ ਜੀ 45000 ਰੁਪਏ ਜੀ 45000 ਤੇ ਮਾਨ ਤਨ ਮੌਕੇ ਤੇ ਪੂਰਾ ਕਰਾਂਗੇ ਅੱਛਾ ਉੱਚੇ ਮਾਨ ਤਨ ਕਰੋਗੇ ਤੇ ਦੁੱਧ 20 ਲੀਟਰ ਕੱਢ ਜੂਗੀ ਇਹ ਕੱਢੂਗੀ ਕੱਢੂਗੀ ਅੱਛਾ ਜੀ ਤੇ ਮੂੰਹ ਦੇ ਚਾਰ ਦੰਦ ਤੇ ਸੂਆ ਦੋਸਤੋ ਜਿਹੜਾ ਇਹਦਾ ਦੂਸਰਾ ਆ ਗਿਆ ਹਵਾਨਾ ਇੱਕ ਵਾਰੀ ਜਿਹੜਾ ਇਹਦਾ ਤੁਸੀਂ ਦੇਖ ਸਕਦੇ ਜੀ ਸੋਹਣਾ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ ਆਹ ਹੁਣ ਜਿਹੜੀ ਦੂਸਰੇ ਨੰਬਰ ਵਾਲੀ ਵੈੜ ਤੁਹਾਨੂੰ ਦਿਖਾਵਾਂਗੇ ਰੰਗ ਰੂਪ ਤੇ ਹਵਾਨਾ ਇਹਦਾ ਵੀ ਚੰਗਾ ਹਾਂਜੀ ਵੀਰ ਜੀ ਜਿਹੜੀ ਦੂਸਰੇ ਨੰਬਰ ਤੇ ਵੈੜ ਵੱਜੀ ਆ ਕਿੰਨਵਾ ਸੁਆ ਸੂਈ ਆ ਜੀ ਇਹ ਵੀ ਜੀ ਦੂਜਾ ਸੁਆ ਸੂਈ ਦੂਸਰਾ ਸੂਈ ਆ ਕਿੰਨਾ ਟਾਈਮ ਹੋ ਗਿਆ ਇਹਨੇ ਸੂਈ ਨੂੰ ਕੱਲ ਸੂਈ ਕੱਲ ਸੂਈ ਆ ਤੇ ਮਗਰ ਕੀ ਆ ਗਿਆ ਇਹਦੇ ਮਗਰ ਦੇ ਵਛੀ ਕਿਹੜੀ ਵਛੀ ਇਹਦੀ ਵਛੀ ਦੀ ਉਬ ਦੀ ਉਹ ਦੋਸਤੋ ਇਹਦੇ ਮਗਰ ਵਛੀ ਹੈਗੀ ਜੀ ਬੜੀ ਪਿਆਰੀ ਜਿਹੜੀ ਵਛੀ ਕੱਲ ਦੀ ਸੂਈ ਆ ਬਿਲਕੁਲ ਤਾਜ਼ੀ ਜਿਹੜੀ ਵਛੀ ਸੋਹਣਾ ਰੰਗ ਰੂਪ ਜਿਹੜਾ ਵਛੀ ਦਾ ਇਸ ਟਾਈਮ ਵੀਰ ਜੀ ਕਿੰਨਾ ਕੁ ਬੋਲਾ ਇਹਦੇ ਥੱਲੇ ਤਿਆਰ ਹੈ ਵੀਰ ਜੀ ਇਹ 10-11 ਕਿਲੋ ਬੋਲਾ ਤਿਆਰ ਆ 10-11 ਲੀਟਰ ਬੋਲਾ ਪੂਰਾ ਤਿਆਰ ਹੈ ਕਿੰਨਾ ਕੁ ਦੁੱਧ ਕਰ ਜੂਗੀ ਦੁੱਧ ਕਰੂਗੀ ਇਹ 17-18 ਲੀਟਰ 17-18 ਲੀਟਰ ਕਰ ਜੂਗੀ ਇਹ ਕਰੂਗੀ ਅੱਛਾ ਜੀ ਤੇ ਇਹਦਾ ਮੂੰਹ ਖਾ ਦੇਵੇ ਕਰੀ ਇਧਰ ਨੂੰ ਮੂੰਹ ਖਾ ਕੇ ਤੋਰ ਹੀ ਲਿਆ ਖੋਲ ਲਓ ਇੱਕ ਕਰੀ ਨਾ ਐਚਐਫ ਕ੍ਰੋਸ ਚ ਦੋਸਤੋ ਜਿਹੜੀ ਆ ਗਈ ਆ ਤੇ ਦੁੱਧ 17-18 ਲੀਟਰ ਜਿਹੜਾ ਵੀਰ ਜੀ ਨੇ ਕਹਿੰਦੇ ਕਿ ਕਰੂਗੀ ਹਾਂਜੀ ਲੈ ਜਾ ਵੀਰ ਜੀ ਇਧਰ ਨੂੰ ਲੈ ਜਾ ਕੱਲ ਦੀ ਸੂਈ ਆ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਜੀ ਜੀ ਵੀਰ ਜੀ ਉਹਨਾਂ ਨੇ ਪੂਰੀ ਸਾਫ਼ ਨਹੀਂ ਕੀਤੀ ਵੀਰ ਜੀ ਇਹਦੇ ਨਾਲ ਸਰੂ ਲੱਗਾ ਨਿਗਾਹ ਜਿਹਾ ਤੇ ਉਹ ਚੋਂ ਕੋਈ ਉਹਦੀ ਗਲਤ ਨਹੀਂ ਕੋਈ ਨਹੀਂ ਨਹੀਂ ਕੋਈ ਗਲਤ ਨਹੀਂ ਕੋਈ ਧਾਰਤ ਨਹੀਂ ਹੁੰਦੀ ਉਹਦੇ ਚ ਥਾਨੇ ਦੋਸਤੋ ਇਹਦੇ ਚੰਗਾ ਸੋਹਣਾ ਲੱਗਾ ਕਰੀ ਤੁਹਾਨੂੰ ਲੱਗ ਗਏ ਬਹਿ ਕੇ ਦਿਖਾ ਦਈਏ ਹਵਾਨਾ ਗਾਂ ਤਾਂ ਵੀ ਜਿਹੜਾ ਤੁਸੀਂ ਦੇਖ ਸਕਦੇ ਜੇ ਤੇ ਰੰਗ ਰੂਪ ਤੇ ਬੋਡੀ ਵੇਟ ਇਹਦਾ ਜਿਹੜਾ ਚੰਗਾ ਸ਼ਾਂਤ ਵੀ ਹਵਾਨਾ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾ ਦਈਏ ਜਿਹੜਾ ਹਾਂਜੀ ਵੀਰ ਜੀ ਦੁੱਧ 17-18 ਕਰ ਜੂਗੀ ਫਿਰ ਕਰ ਜੂ ਸੇਵਾ ਤੇ ਡਿਪੈਂਡ ਆ ਅੱਛਾ ਜੀ
ਜੇ ਕੋਈ ਚੰਗੀ ਸੇਵਾ ਕਰੂ ਤੇ ਹੋ ਸਕਦਾ ਹੈ 20 ਵੀ ਕਰ ਜੇ। ਅੱਛਾ ਜੇ ਕਹਿੰਦੇ ਮਤਲਬ ਕੱਲੇ ਪੱਠੇ ਤੁੜੀ ਪਾ ਛੜਦੇ ਫੇਰ ਇਹਨੇ ਤੁਹਾਨੂੰ ਪਤਾ ਹੀ ਹੈ ਫੇਰ ਦਹਾਂ ਤੇ ਰਹਿ ਜਾਣਾ ਫੇਰ ਦਹਾਂ ਤੇ ਰਹਿਣਾ। ਠੀਕ ਹੈ ਪਰ ਦੁੱਧ ਜਿੰਨਾ ਕਿ ਤੁਸੀਂ ਦੱਸਦੇ ਉਹਨਾਂ ਕਿ ਵੈਸੇ ਲਗਭਗ ਨਸਲ ਚੰਗੀ ਹੈ ਨਾ ਜੀ। ਹਾਂਜੀ 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 ਠੀਕ ਹੈ ਤੇ ਮੁੱਲ ਇਹਦਾ ਦੱਸ ਦਈਏ ਜੀ ਫੇਰ 37000 ਰੁਪਏ 37000 ਤੇ ਮਾਨਤਨ ਮੌਕੇ ਤੇ ਪੂਰਾ ਫੁੱਲ ਮਾਨਤਨ ਕਰਾਂਗੇ। ਅੱਛਾ ਉੱਚੇ ਮਾਨਤਨ ਪੂਰਾ ਕਰੋਗੇ ਠੀਕ ਹੈ ਜੀ। 17-18 ਲੀਟਰ ਜਿਹੜਾ ਵੀਰ ਜੀ ਹੁਣੇ ਕਹਿੰਦੇ ਕਿ ਦੁੱਧ ਦੇ ਕਰੂਗੀ ਹਵਾਨਾ ਤੁਸੀਂ ਗਾਣ ਨੂੰ ਦੇਖ ਸਕਦੇ ਗਾਣ ਹਵਾਨਾ ਜਿਹੜਾ ਚੰਗਾ ਤੇ ਮਗਰ ਵੀ ਇਹਦੇ ਜਿਹੜੇ ਬੱਚੀ ਬੜੀ ਪਿਆਰੀ ਆ ਗਈ ਹੈ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਇਹ ਵੀ ਦੂਸਰੇ ਸੂਬੇ ਸੂਈ ਆ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਈ ਆ ਉਹਨੇ ਦੂਸਰੇ ਸੂਬੇ ਸੂਣਾ ਹੁਣ ਤੀਸਰੇ ਨੰਬਰ ਤੇ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਜਰਸੀ ਕ੍ਰੋਸ ਤੁਹਾਨੂੰ ਦਿਖਾਵਾਂਗੇ ਵੱਡੇ ਕੱਦ ਵਾਲੀ। ਹਾਂਜੀ ਵੀਰ ਜੀ ਇਹਦੇ ਬਾਰੇ ਵੀ ਦੱਸ ਦਿਓ ਜੀ ਇਹ ਹਰਪ੍ਰੀਤ ਜੀ ਪਹਿਲਾ ਸੂਆ ਸੂਈ। ਅੱਛਾ ਪਹਿਲਾ ਸੂਆ ਸੂਈ ਮੂੰਹ ਚਾਰ ਦੰਦ ਆ ਦਿਖਾ ਦਈਏ ਦੰਦ ਵਿਖਾ ਦਿਆ ਵੀਰ ਜੀ ਦੰਦ ਫਿਰ ਮੂੰਹ ਕਰਨ ਨਹੀਂ ਦੇ ਇੱਧਰ ਕੋਈ ਗੱਲ ਨਹੀਂ ਰਹਿਣ ਦਿਓ ਵੀਰ ਜੀ ਨਹੀਂ ਤੇ ਮੂੰਹ ਦੋਸਤੋ ਜਿਹੜਾ ਵਿਖਾਉਣ ਨਹੀਂ ਦੇ ਤੇ ਪਹਿਲਾ ਸੂਆ ਇਹ ਸੂਈ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਹਰਪ੍ਰੀਤ ਜੀ 20 ਦਿਨ ਹੋ ਗਏ 20 ਦਿਨ ਹੋ ਗਏ ਤੇ ਦੁੱਧ ਕਿੰਨਾ ਕੁ ਤਿਆਰ ਹੈ ਥੱਲੇ 10 ਕਿਲੋ ਤਿਆਰ ਜੀ 10 ਪੂਰਾ ਤਿਆਰ ਹੈ ਤੇ ਹੋਰ ਵੱਧ ਸਕਦੀ ਕਿ ਨਹੀਂ ਸੇਵਾ ਤੇ ਹੀ ਆ। ਅੱਛਾ ਕੋਈ ਸੇਵਾ ਵਾਲਾ ਕੋਈ ਲੈ ਜੇ ਤੇ ਹੋਰ ਥੋੜਾ ਪਤਾ ਜਿੱਦਾਂ ਪੱਠੇ ਪੁੱਠੇ ਚੰਗੇ ਲੋਕਾਂ ਦੇ ਵੰਡ ਵੁੰਡ ਪਾਵੇ ਤੇ 12 13 ਲੀਟਰ ਦੁੱਧ ਕਰ ਸਕਦੀ ਹੈ ਮੱਛੀ ਚੰਗੀ ਜਾਤ ਵਾਲੀ ਹੈ। ਅੱਛਾ ਜੀ ਠੀਕ ਆ ਇਹਨੇ ਤੋੜ ਕੇ ਵਿਖਾਈਏ ਜੀ ਫਿਰ ਠੀਕ ਹੈ ਕੱਦ ਕੱਟ ਦੋਸਤੋ ਜਿਹੜਾ ਇਹਦਾ ਚੰਗਾ ਹੈ ਜਰਸੀ ਕ੍ਰੋਸ ਜਿਹੜੀ ਆਪਾਂ ਇਹਨੂੰ ਕਵਾਂਗੇ ਤੇ ਇਸ ਟਾਈਮ 10 ਲੀਟਰ ਜਿਹੜਾ ਵੀਰ ਜੀ ਹੋਣੀ ਇਹਦੇ ਥੱਲੇ ਦੁੱਧ ਦੱਸਦੇ ਤੇ ਮਗਰ ਬੱਚਾ ਕਿਹੜਾ ਆ ਗਿਆ ਜੀ ਇਹਦੇ ਮਗਰ ਦੇ ਵੱਛੀ ਜੀ ਕਿਹੜੀ ਆ ਵਾਲੀ ਹਾਂਜੀ ਪਹਿਲੇ ਨੰਬਰ ਵਾਲੀ ਆ ਦੋਸਤੋ ਜਿਹੜੇ ਇਹਦੇ ਮਗਰ ਵੱਛੀ ਜੀ ਇਹ ਦੋਵੇਂ ਦੋ ਜਿਹੜੀਆਂ ਸੂਈਆਂ ਦੋਵੇਂ ਤੁਹਾਨੂੰ ਵੱਛੀ ਵਾਲੀਆਂ ਵਿਖਾਈਆਂ ਵਾਨਾ ਇਹਦਾ ਇੱਕ ਵਾਰੀ ਫਿਰ ਤਾਂ ਤੁਹਾਨੂੰ ਪਿੱਛੋਂ ਦਿਖਾ ਦਈਏ ਹਾਂ ਦੇਖ ਸਕਦੇ ਥਣਾਂ ਦਾ ਗੈਪ ਥਣਾਂ ਦਾ ਸਾਈਜ਼ ਤੁਸੀਂ ਦੇਖ ਸਕਦੇ ਜੀ। ਹਾਂਜੀ ਵੀਰ ਜੀ ਇਹਦਾ ਵੀ ਮੁੱਲ ਫਿਰ ਆਪਾਂ ਦੱਸ ਦਈਏ ਜੀ ਇਹਦਾ ਮੁੱਲ ਹਰਪ੍ਰੀਤ ਜੀ 21000 ਰੁਪਏ ਕਿੰਨਾ 21000 ਰੁਪਏ 21000 ਤੇ ਮਾਨਤਨ ਮੌਕੇ ਤੇ ਪੂਰਾ ਕਰਾਂਗੇ। ਅੱਛਾ ਉਹ ਵੀ ਕਰੋਗੇ ਕਰਾਂਗੇ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਚਾਹੋਗੇ ਜੀ ਇਹ ਕਹਿਣਾ ਹਰਪ੍ਰੀਤ ਜੀ ਇਹੋ ਗੱਲ ਹੈ ਵੀ ਜਿਹੜਾ ਵੀ ਕੋਈ ਭੈਣ ਭਰਾ ਕੋਈ ਸੁਝਾ ਬਹੁ ਖੜਦਾ ਸਾਡੇ ਕੋਲ ਹਾਂਜੀ ਤਸੱਲੀ ਕਰੇ ਆ ਵੀ। ਅੱਛਾ ਜੀ ਭਾਵੇਂ 2 ਦਿਨ ਕਰ ਲੈ ਭਾਵੇਂ 4 ਦਿਨ ਕਰ ਲੈ ਸਾਡੀ ਲੋ ਭਾਵੇਂ ਹਫਤਾ ਚੋਰੇ ਸੌਦਾ ਕਰਕੇ। ਅੱਛਾ ਜੀ ਕਿਉਂਕਿ ਅਸੀਂ ਆਪਣੇ ਕਿੱਲੇ ਜੋ ਕਵਾਂਗੇ ਕਰਕੇ ਦੇਵਾਂਗੇ। ਅੱਛਾ ਜੀ ਤੇ ਦੂਜੇ ਘਰ ਪਹੁੰਚ ਜਾਂਦੇ ਉਹਦੀ ਗਰੰਟੀ ਸਾਡੀ ਕੋਈ ਨਹੀਂ। ਅੱਛਾ ਉਹਦੀ ਕੋਈ ਗਰੰਟੀ ਨਹੀਂ ਇੱਥੇ ਆਪਣੀ ਤਸੱਲੀ ਕਰਕੇ ਖੜੋ। ਤਸੱਲੀ ਇੱਥੇ ਕਰਕੇ ਖੜੇ। ਅੱਛਾ ਜੀ ਠੀਕ ਹੈ ਜੀ ਭਾਵੇਂ ਇੱਥੇ ਰਾਤ ਰਹਿਣਾ ਰਾਤ ਰਹੇ ਲਾਗੋ ਦੂਰੋਂ ਕੋ ਦੂਰੋਂ ਨੇੜੇ ਹੋ ਕੇ ਉਹਦਾ ਭੈਣ ਭਾ ਜਿੱਦਾਂ ਦਾ ਕੋਈ ਆਊਗਾ ਉਦਾਂ ਦਾ ਉਹ ਹਿਸਾਬ ਨਾਲ ਉਹਦਾ ਮੰਨਤ ਲਓ। ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਇੱਕ ਆਪਾਂ ਹਰਬੀਰ ਜੀ ਇੱਕ ਗਾਂ ਉਹ ਖੋਣੀ ਆਪਾਂ ਜੇ ਤੇ ਉਹ ਮਤਲਬ ਦੀ ਸਾਈ ਆਈ ਆ ਹੋਰ ਕੁਝ ਕਹਿਣਾ ਕਿ ਬਸ ਇੱਕ ਹਰਬੀਰ ਜੀ ਉਹ ਗਾਂ ਉਹਦੀ ਨਾ ਸਾਈ ਆਈ ਆ ਆਪਾਂ ਨੂੰ। ਅੱਛਾ ਜੀ ਜੀ ਆਪਾਂ ਪਾਈ ਹੋ ਠੀਕ ਆ ਉਹਦੀ 1000 ਰੁਪਿਆ ਸਾਈ ਨੇ ਕਿਸੇ ਵੀਰ ਨੇ ਪਾਈ ਆ। ਅੱਛਾ ਜੀ ਤੇ ਜੇ ਤੇ ਉਹ ਵੀਰ ਲੈ ਜੂਗਾ ਹਾਂਜੀ ਕੱਲ ਤੱਕ ਦਾ ਉਹਦਾ ਟਾਈਮ ਹੈ ਜੇ ਤੇ ਉਹ ਲੈ ਜੂਗਾ ਠੀਕ ਆ ਤੇ ਠੀਕ ਆ ਨਹੀਂ ਤੇ ਫਿਰ ਬਾਅਦ ਚ ਆਪਾਂ ਆਪਣਾ ਮੁੱਲ ਆਪਦੇ ਹਿਸਾਬ ਨਾਲ ਕਰਾਂਗੇ। ਅੱਛਾ ਜੀ ਹਾਂਜੀ ਠੀਕ ਆ ਦਿਖਾ ਦਈਏ ਵੀ ਗਾਂ ਫਿਰ ਆਵਲੀ ਦੋਸਤੋ ਵੈਡ ਜਿਹੜੀ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦਿਖਾਈ ਸੀ ਅਤੇ ਅਰਕੀ ਵੀ ਜਿਹੜੀ ਤੁਹਾਨੂੰ ਜਿਹੜੀ ਵੀਰ ਜੀ ਉਹਨਾਂ ਨੇ ਗੱਲ ਦੱਸੀ ਆਪਾਂ ਨੂੰ। ਹਾਂਜੀ ਵੀਰ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਵੀ ਹਰਪ੍ਰੀਤ ਜੀ ਤਕਰੀਬਨ 20 ਦਿਨ ਹੋ ਗਏ ਸੂਈ ਨੂੰ ਇਹਦਾ ਬੱਚਾ ਵੱਛਾ ਵਾ। ਅੱਛਾ ਵਾਲਾ ਵੱਛਾ ਜਿਹੜਾ ਇਹਦਾ ਹਾਂ ਦੋਸਤੋ ਜਿਹੜਾ ਇਹਦਾ ਵੱਛਾ ਹੈ ਤੇ ਦੁੱਧ ਕਿੰਨਾ ਕੁ ਤਿਆਰ ਵੀਰ ਜੀ ਇਹਦੇ ਥੱਲੇ ਹਰਪ੍ਰੀਤ ਜੀ ਹੈਗਾ ਜੀ 8-9 ਕਿਲੋ 8-9 ਲੀਟਰ ਹਾਂਜੀ ਹਾਂਜੀ ਤੇ ਵੱਧ ਸਕਦੀ ਵਧੂਗੀ? ਅੱਛਾ ਜੀ ਹਾਂਜੀ ਆਪਣੇ ਕੋਲ ਜਿੰਨਾ ਹੀ ਉਹਦੋਂ ਤੇ ਬਿਲਕੁਲ ਡਾਊਨ ਹੀ ਤੇ। ਅੱਛਾ ਜੀ ਕਿੰਨਾ ਕੁ ਦੁੱਧ ਕਰ ਸਕਦਾ? ਦੁੱਧ ਕਰੂਗੀ 10-11 ਲੀਟਰ ਕਰ ਸਕਦਾ 10 ਕੇ ਕਰ ਜੂਗੀ ਤਾਂ ਦੇ ਹਿਸਾਬ ਨਾਲ 10 ਲੀਟਰ ਬਹੁਤ ਇਹਨੂੰ। ਠੀਕ ਹੈ ਹਾਂਜੀ ਤੇ ਕੀ ਮੁੱਲ ਕਰਦੇ ਤਾਂ? ਇਹਦਾ ਮੁੱਲ ਹਰਪ੍ਰੀਤ ਜੀ 18000 ਰੁਪਏ 18000 ਹਾਂਜੀ ਤੇ ਸੂਆ ਕਿੰਨਾ ਸੋਈ ਹੈ? ਪਹਿਲਾ ਸੂਆ ₹18000 ਚ ਅੱਜ ਠੀਕ ਹੈ ਤੇ ਹੋਰ ਕੁਝ ਕਹਿਣਾ ਵੀਰ ਜੀ? ਬਸ ਜੀ ਧੰਨਵਾਦ। ਅੱਛਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਓਕੇ ਹਾਂ ਦੋਸਤੋ ਪਿਛਲੀ ਵੀਡੀਓ 'ਚ ਜਿਹੜੀ ਆਪਾਂ ਚੰਗੀ ਤਰ੍ਹਾਂ ਵਿਖਾਈ ਸੀ ਜਿਹੜਾ ਡਰਦੀ ਹੈ ਇਸ ਤਰ੍ਹਾਂ ਫਿਰ ਵੀ ਤੁਹਾਨੂੰ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਲਾਗੇ ਜਿਹੜਾ ਵਾਨੇ ਤੋਂ ਠੀਕ ਹੈ। ਆਹ ਦੋਸਤੋ ਜਿਹੜੇ ਵੀਰ ਜੀ ਉਹਨਾਂ ਨੇ ਬਾਕੀ ਪਸ਼ੂ ਵਿਕਾਊ ਕੀਤੇ ਆ ਕਿਸੇ ਵੀ ਇਹਨੂੰ ਕੋਈ ਪਸ਼ੂ ਪਸੰਦ ਆਉਂਦਾ ਆਪਣਾ ਆਵੇ ਇੱਥੇ 2-3 ਟਾਈਮ ਤਸੱਲੀ ਕਰੇ ਚੈੱਕ ਪਾਸ ਕਰੇ ਅਤੇ ਆਪਣਾ ਫਿਰ ਪਸ਼ੂ ਖਰੀਦੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।